ਬਾਈ ਕਬੂਤਰ ਇਕੱਠੇ ਜਾ ਰਹੇ ਨੇ ਵੀਰੇ ਉਧਰੋਂ ਆਇਆ ਕਬੂਤਰ ਕਹਿੰਦਾ ਤਾਂ ਮੈਂ ਨਾ ਹੋਵੇ ਜਿਹਦਾ ਮਰ ਸਾਡੇ ਨਾ ਹੋਵੇ ਘਰਤੇ ਟੁੱਟੇਗਾ ਕਿਉਂ ਕਰਤੇ ਕਿਉਂ ਦੇਖ ਲੈ ਕਬੂਤਰੋ ਕੇ ਮੇਰੇ ਸਾਰੇ ਸ਼ੌਂਕੀ ਭਾਈਓ ਕੋ ਨਮਸਕਾਰ ਸਤਿ ਸ਼੍ਰੀ ਅਕਾਲ ਦਾ ਭਾਈਓ, ਅੱਜ 2/1/2020 ਕਾ ਦਿਨ ਹੈ, ਮਤਲਬ 1 ਫਰਵਰੀ ਆ। ਔਰ ਅੱਜ ਜੋ ਕਬੂਤਰਬਾਜ਼ੀ ਕਾ ਮੁਕਾਬਲਾ ਹੋ ਰਿਹਾ, ਵੈਸੇ ਆਪਕੋ ਵੀਡੀਓ ਕਾ ਟਾਈਟਲ ਦੇਖ ਕੇ ਪਤਾ ਲੱਗਾ ਹੋਗਾ, ਫਿਰ ਮੈਂ ਆਪਕੋ ਬਤਾਤਾ ਚੱਲੂੰ ਕਿ ਜੋ ਕਬੂਤਰਬਾਜ਼ੀ ਕਾ ਮੁਕਾਬਲਾ ਹੋ ਰਹਾ ਹੈ, ਇਹ ਘੋੜਾ ਪਾਰਟੀ ਔਰ ਜੋਗਿੰਦਰ ਪਾਰਟੀ ਕੇ ਬੀਚ ਹੋ ਰਿਹਾ ਹੈ। ਔਰ ਜੋ ਭਾਈ ਘੋੜਾ ਪਾਰਟੀ ਕੇ ਜੋ ਛੱਤ ਹੈ ਜੋ ਖੁੱਡਾ ਹੈ ਤੋ ਉਹ ਤ੍ਰਿਪੜੀ ਪਟਿਆਲਾ ਮੈਂ, ਔਰ ਜੋ ਜੋਗਿੰਦਰ ਪਾਰਟੀ ਕਾ ਖੁੱਡਾ ਹੈ ਉਹ ਦੀਪ ਨਗਰ ਪਟਿਆਲਾ ਮੈਂ। ਔਰ ਆਪ ਦੇਖ ਸਕਤੇ ਹੋ ਸਕਰੀਨ ਪਰ ਦਿਸ਼ਾ ਵਗੈਰਾ ਕਾ ਡਿਸਾਈਡ ਕਰ ਲਿਆ ਗਿਆ ਹੈ, ਕਿਸ ਦਿਸ਼ਾ ਮੈਂ ਕਬੂਤਰ ਛੋੜੇ ਜਾਏਂਗੇ। ਔਰ ਕਬੂਤਰ ਜਬ ਤੱਕ ਛੋੜੇ ਜਾਤੇ ਹੈ ਮੈਂ ਆਪਕੋ ਰੂਲ ਬਤਾ ਦੇਤਾ ਹੂੰ। ਰੂਲ ਲਿਖੇ ਹੋਏ ਕਿ 22 ਕਬੂਤਰੋਂ ਕੀ ਸ਼ਰਤ ਹੈ, ਔਰ ਜਿਸ ਤੇਜ਼ੀ ਸੇ ਹਮ ਕਬੂਤਰ ਜਾਏਂਗੇ ਉਸੀ ਦਿਸ਼ਾ ਕਬੂਤਰ ਵਾਪਸ ਆਏਗਾ। ਕਬੂਤਰ ਟੂਟ ਕਰ ਵਾਪਸ ਨਹੀਂ ਆਉਣਾ ਚਾਹੀਏ, ਜਿਹੜੇ ਕਬੂਤਰ ਜਾਏਂਗੇ ਉਤਨੇ ਕਬੂਤਰ ਆਏਗੇ, ਔਰ 1 ਘੰਟੇ ਕੇ ਵਿੱਚ ਕਬੂਤਰ ਬੰਦ ਵੀ ਹੋਣੇ ਚਾਹੀਏ। ਔਰ ਜੋ ਟਾਈਮ ਹੋਗਾ ਤੋ 5 ਮਿੰਟ ਕੇ ਬਾਅਦ ਜੋ ਟਾਈਮ ਲੱਗੇਗਾ ਤੋ ਉਹ ਟਾਈਮ ਕਾਊਂਟ ਕੀਆ ਜਾਏਗਾ, ਤੋ ਆਪਕੋ ਸਮਝ ਆ ਗਿਆ ਹੋਗਾ ਕਿਆ ਯੇ ਰੂਲਸ ਹੋਤੇ ਹੈ। ਆਪ ਕਬੂਤਰ ਛੋੜੇ ਜਾਏਂਗੇ ਫਿਰ ਦੇਖਤੇ ਹੈ ਭਾਈਓ ਕਿਆ ਹੋਤਾ ਹੈ। ਖੁੰਡ ਵਗੈਰਾ ਬਹੁਤ ਹੈ, ਦੇਖਤੇ ਹੈਂ ਕਰਵਾਈਏ। ਮੈਂ ਆਪਕੋ ਬਤਾ ਦੇ ਦੂੰ ਕਿ ਜੋ ਕਬੂਤਰ ਛੋੜਨੇ ਕਾ ਟਾਈਮ ਹੋਤਾ ਹੈ ਉਹ 11 ਸੇ 1 ਕੇ ਵਿੱਚ ਕਿਆ ਹੋਤਾ ਹੈ। ਔਰ ਅੱਜ ਠੰਡ ਜ਼ਿਆਦਾ ਥੀ, ਠੰਡ ਬੂੰਦ ਜ਼ਿਆਦਾ ਥੀ, ਉਸ ਵਜ੍ਹਾ ਸੇ ਅੱਜ ਜੋ 30 ਮਿੰਟ ਕਾ ਟਾਈਮ ਆਗੇ ਪਿੱਛੇ ਕੀਆ ਗਿਆ ਹੈ, ਮਤਲਬ 11:30 ਸੇ 12:30 ਤੱਕ ਪਾਰਟੀ ਛੋੜੇਗੀ, ਔਰ 12:30 ਸੇ 1:30 ਵਜੇ ਤੱਕ ਦੂਸਰੀ ਪਾਰਟੀ ਛੋੜੇਗੀ। ਇਹ ਦੇਖਣਾ ਮੁਝੇ ਵੀ ਬਹੁਤ ਅੱਛਾ ਲੱਗਾ। ਬਹੁਤ ਅੱਛੀ ਉਡਾਨ ਲਈ ਟਾਵਰ ਤੇ ਫਿਰਦੇ ਆ ਕਿੱਥੋਂ ਵੀਰੇ, ਦੇਖ ਲਾ ਟਾਵਰ ਤੇ ਹੁਣ ਘਰੇ ਆਣ ਕੇ ਫਿਰ ਟਾਈਮ ਤੋੜਨਾ, ਭਾਵੇਂ ਟਾਵਰ ਤੇ ਫਿਰਨ ਜਿੱਥੇ ਮਰਜ਼ੀ ਫਿਰਨ, ਕਲਰ ਦੱਸ ਦੀ ਵੀਰੇ ਟਾਈਮ ਤੋੜਦਾ। ਹਾਂਜੀ ਬੰਟੀ ਭਾਈ ਟਾਈਮ ਲੱਗ ਗਿਆ ਜੀ, ਵਾਪਸ ਭੇਜਿਆ ਬਈ ਦੇਖ ਲੈ ਜਾ ਕੇ। ਹਾਂਜੀ ਰਾਹੁਲ ਭਾਜੀ, ਰਾਹੁਲ ਭਾਜੀ ਕਿੰਨਾ ਟਾਈਮ ਹੋ ਗਿਆ? 3 ਮਿੰਟ ਚੱਲ ਰਿਹਾ ਜੀ। 3 ਮਿੰਟ भाइयों, वैसे मैं अपनी हर एक वीडियो में बोल देता हूँ कि मैं वीडियो पॉज करके आपको दिखाता रहता हूँ, जहाँ से कबूतर का टाइम लग जाता है वहाँ से मैं वीडियो को पॉज करना शुरू कर देता हूँ, ताकि मैं आपको बहुत कंटेंट दिखा सकूँ और आपका ज़्यादा समय ना ले तो कम समय में आपको पूरी वीडियो दिखा दूँ, है ना। ਮਾਰ ਮਾਰਿਆ ਨਾ ਮਾਰ ਛੱਡੀ ਯਾਰ।
जो पहले टाइम लगा था वो टाइम घूट गया था और उसके बाद अब थोड़ा टाइम लगा मेरा। देखो तो एक किलोमीटर दूर तक तो दिख ही रहा है, पर कबूतर बेचारे बेचारे छोटे से होते हैं और एक उड़ते भी नहीं थे। गलत गल है मतलब थोड़ी है यार सामने तुम टैंकी के कबूतर दिखा रहे तुम राजू ना नाम ही लिया करो जाके हाँ जी बंटी सर जी किधर है उत्तर उठे गए ਆ ਗਏ ਕਬੂਤਰ ਆਪਣੇ ਕਬੂਤਰਾਂ ਨਾਲ ਆਏ ਆ ਗਏ
ਗੇੜਾ ਖਾਲਣ ਦੀ ਗੇੜਾ ਖਾਲਣ ਦੀ ਜਰਾ ਆ ਗਿਆ ਨਾ ਰੋਕ ਬਬਲੂ ਹਾਂਜੀ ਪੱਪੀ ਸਾਜ ਜੀ ਕੀ ਹੋਇਆ ਕਬੂਤਰ ਕਿੰਨੇ ਟੁੱਟ ਗਏ ਤਿੰਨ ਕਬੂਤਰ ਟੁੱਟ ਗਏ ਬਾਕੀ ਕਬੂਤਰ ਕਿੱਥੇ ਭਾਈ ਬੈਗ ਗਏ ਹੋਏ ਨੇ ਥੱਲੇ ਲਿਆ ਕੇ ਥੱਲੇ ਪਏ ਦੇਖ ਕੀ ਬਣਾਈ ਕਬੂਤਰਾਂ ਦਾ ਵਾਪਸ ਆ ਗਏ ਕਬੂਤਰ ਅੱਛਾ ਬੰਦ ਕਰ ਰਿਹਾ ਹੁਣ ਅੱਛਾ ਚਾਚਾ 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 ਚਾਚ
ਹਾਂਜੀ ਬੰਡੀ ਭਾਜੀ ਕੀ ਬਣਿਆ ਜੀ? ਕੋਈ ਟਾਈਮ ਨਹੀਂ ਹੈਗਾ ਵੀਰੇ। ਇਹਨਾਂ ਕੋਈ ਟਾਈਮ ਨਹੀਂ ਹੈ। ਹਾਂਜੀ ਰਾਹੁਲ ਭਾਜੀ ਅੱਜ ਤਾਂ ਜੀ ਕੀ ਰਿਹਾ ਤੁਹਾਡੇ ਪਾਰਟੀ ਦਾ? ਕੁਛ ਨਹੀਂ ਜੀ, ਕੋਈ ਟਾਈਮ ਪੂਰੇ ਨਹੀਂ ਹੈ ਜੀ। ਅੱਛਾ ਕੱਲ ਨੂੰ ਆਇਓ, ਕੱਲ ਨੂੰ ਦਿਖਾਵਾਂਗੇ ਤੁਹਾਨੂੰ ਸ਼ਰਤ ਵਧੀਆ। ਅੱਛਾ ਅੱਛਾ ਠੀਕ ਹੈ। और इसके बाद हम चलते हैं जुगिंदर पार्टी की छत पर, वहाँ पर देखते हैं वहाँ पर क्या होता है आज। उनके तरफ को ले जाएंगे। हाँ जी सर जी, राणा जी साडे जोगिंदर पार्टी के खलीफा। हाँ जी विक्की भाजी कुछ कहो जी, तुसी ठीक है? वधिया इंजॉय कर रहे हैं मुंडे, इंजॉय करो। धूप भी निकल गई हुण, मौसम भी साफ हो गया। साफ हो गई विक्की खलीफा। खलीफा ਓਟ ਕੀ ਚਿੱਟੀ ਟੈਂਕੀ ਸਿੱਧਾ ਸਿੱਧੀ ਓਟ ਊਟ ਵਾਲਾ ਕੋਈ ਕੰਮ ਨਹੀਂ। ਸਿੱਧੇ ਬਸ ਤੋਂ ਬਸ ਭੇਜੇ ਆ ਗਏ ਯਾਰ ਬਸ। ਇੱਧਰ ਆ ਜਾਓ ਯਾਰ, ਫਾਲਤੂ ਰੋਣਾ ਨਾ ਪਾਣਾ। ਨਾ ਯਾਰ ਰਹਿਣ ਦੇ, ਨਾ ਮਾਰ ਕੱਤਾ ਆ ਲੈਣ ਦੇ। ਕਿਤੇ ਨੀ ਜਾਂਦੇ ਹੈਗੇ ਉਹ। ਸਚਿਨ ਚੱਲ ਓਏ।
ਕਿੰਨਾ ਟਾਈਮ ਹੋ ਗਿਆ ਬੰਟੀ ਭਾਜੀ? ਬੰਟੀ ਭਾਜੀ ਮਿੰਟ ਹੋ ਗਿਆ, ਇੱਕ ਮਿੰਟ ਹੋ ਗਿਆ। ਬੰਟੀ ਭਾਈ, ਤੁਸੀਂ ਮੂਸਾ ਭਾਈ, ਬੰਟੀ ਭਾਈ ਕਿੰਨਾ ਟਾਈਮ ਹੋ ਗਿਆ ਜੀ? ਮੇਰੀ ਗੱਲ ਸੁਣੋ, ਬੰਟੀ ਦੇ ਲਾਇਆ ਮੈਂ ਟਾਈਮ ਵੀਰੇ ਦਾ, ਮੈਂ ਹੁਣ ਸੂਈ ਅੱਗੇ ਕਰ ਰਿਹਾ। ਮੈਂ ਤੁਸੀਂ ਕਹਿ ਦੇਣਾ ਮਿੰਟ ਅੱਗੇ ਹੋ ਗਿਆ। ਹਾਂਜੀ ਬੰਟੀ ਭਾਈ, ਮੇਰੇ ਹੱਥ ਨਹੀਂ ਕੜੀ। ਬੰਟੀ ਭਾਈ ਕਿੰਨਾ ਟਾਈਮ ਹੋ ਗਿਆ ਜੀ? 3 ਮਿੰਟ, ਚੌਥਾ ਮਿੰਟ ਚੱਲ ਰਿਹਾ ਹਨ। ਮੇਰਾ ਕੁੱਟੀ ਕੱਢ ਯਾਰ, ਮਾਰ ਲੈ ਟੁੱਕੀ, ਮਾਰ ਲੈ ਟੁੱਕੀ, ਮਾਰ ਲੈ ਆਪਣੇ ਨਹੀਂ ਜੰਗਲੇ ਹੁਣ ਗੱਤੇ ਸਾਡੀ ਜੇਬਾਂ ਚ ਪਾਉਂਗੇ। ਛੱਡ ਦੇ ਇੱਕ ਅੱਧਾ ਗੱਤਾ ਤੂੰ ਵੀ। ਹਾਂਜੀ ਸੰਦੀਪ ਭਾਜੀ, ਕੀ ਹੋਇਆ ਜੀ? ਟੁੱਟ ਕੇ ਆ ਗਏ ਜੀ। ਕਿੰਨੇ ਮਿੰਟ ਬਾਅਦ? ਚੌਥੇ ਮਿੰਟ ਬਾਅਦ। ਚੌਥੇ ਮਿੰਟ ਬਾਅਦ ਕਬੂਤਰ ਟੁੱਟ ਕੇ ਆ ਗਏ ਨਾ? ਕਿਹੜਾ ਖਾਣ ਦੇ ਡਾਕਟਰ? ਦੋ ਮਿੰਟ, ਹੈਲੋ ਡਾਕਟਰ, ਕਿਹੜਾ ਖਾਣ ਦੇ ਕਬੂਤਰਾਂ ਨੂੰ? ਹਾਂਜੀ ਟੁੱਟੇ ਹੋਏ ਕਬੂਤਰ, ਹੁਣ ਇਕੱਠੇ ਹੋਏ ਜੀ ਦੁਬਾਰਾ। ਛੇ ਤੋਂ
ਹਾਂਜੀ ਮੰਡੀ ਭਾਈ ਟਾਈਮ ਲੱਗ ਗਿਆ ਜੀ ਹਾਂਜੀ ਬੰਟੀ ਭਾਈ ਕਿੰਨਾ ਟਾਈਮ ਹੋ ਗਿਆ ਜੀ ਤੀਸਰਾ ਮਿੰਟ ਚੱਲ ਰਿਹਾ ਹੈਲੋ ਹੈਲੋ ਬਾਈ ਨੇ ਬਾਈ ਆ ਬਾਈ ਤੂੰ ਕਿੰਨੇ ਕੁ ਵਾਰੀ ਬਾਈ ਬਾਈ ਤੇ ਬਾਈ ਬੰਦ ਕਰਾ ਬਾਈਆਂ ਦਾ ਟਾਈਮ ਲਵਾਉਣਾ ਨਾ ਉਹ ਬਾਈਆਂ ਦਾ ਟਾਈਮ ਲਵਾਏਗਾ ਤੂੰ ਇੱਕੀ ਨੇ ਯਾਰ ਰੋਕ ਇੱਕੀ ਕਬੂਤਰ ਰੋਕ ਲਓ ਯਾਰ ਗਲਹਿਰਾ ਨੀ ਹੈਗਾ ਬਾਈ ਕਬੂਤਰ ਇਕੱਠੇ ਜਾ ਰਹੇ ਨੇ ਉਧਰੋਂ ਆਇਆ ਕਬੂਤਰ ਜਿਹਦਾ ਮਰਜ਼ੀ ਸਾਡੇ ਨਾ ਹੋਏ ਘਰਤੇ ਟੁੱਟੇਗਾ ਹੁਣ ਪੂਰਾ ਆ ਗਿਆ ਵਿੱਚ ਹਾਂਜੀ ਰਾਣੀ ਵੀਰ ਕੀ ਲੱਗਦਾ ਕਬੂਤਰ ਕੀ ਕਰਨਗੇ ਹੁਣ ਲੱਗਦਾ ਟਾਈਮ ਮਾਰਨਗੇ ਉਹ ਨੌ ਤੇ ਹੋ ਗਿਆ ਕਿੰਨੇ ਮਿੰਟ ਹੋ ਗਏ ਸੰਦੀਪ ਭਾਜੀ ਤਿੰਨ ਮਿੰਟ ਆ ਗਏ ਇਕੱਠੇ ਆ ਨਹੀਂ ਯਾਰ ਮਨੂ ਮੇਰੇ ਕੋ ਟੁੱਕੀ ਦੇਣਾ ਮਨੂ ਉਹ ਨਹੀਂ ਲੋੜ ਟੁੱਕੀ ਦੀ ਯਾਰ ਉਹ ਬਾ ਬੰਦ ਕਰ ਬਸ ਉਹ ਫੜਤਾ ਲਈਏ ਛਗੜ ਨਹੀਂ ਹੁੰਦਾ ਇਹ ਛਗੜ ਨੂੰ ਹੀ ਦੱਸ ਗਿਆ ਚਲੋ ਥੱਲੇ ਚਲੋ ਵੀ ਸਾਰੇ ਯਾਰ ਉੱਤਰੋ ਵੀਰੇ ਹੌਲੀ ਹੌਲੀ ਕਰਕੇ ਚਲੋ ਹਾਂਜੀ ਲੱਲੂ ਭਾਜੀ ਕੀ ਹੋਇਆ ਫਿਰ ਦੋਨੋਂ ਪਾਰਟੀਆਂ ਦੀ ਸਹਿਮਤੀ ਨਾਲ ਸ਼ਰਤ ਬਹੁਤ ਪਿਆਰੀ ਉੜੀ ਹੈ ਦੋਨੋਂ ਤੂੜੀਆਂ ਨੇ ਟਾਈਮ ਨਹੀਂ ਮਾਰਿਆ ਅੱਛਾ ਮੌਸਮ ਦੀ ਕੋਈ ਦਿੱਕਤ ਹੈ ਅੱਛਾ ਦੋਨੋਂ ਹੀ ਭਰਾ ਨੇ ਸਾਡੇ ਡਾਕਟਰ ਹੋਰ ਵੀ ਤੇ ਬਬਲੂ ਹੋਰ ਵੀ ਕੋਈ ਟਾਈਮ ਨਹੀਂ ਹੈ ਭਾਈ ਦੋਵੇਂ ਪਾਰਟੀਆਂ ਜੀਰੋ ਜੀਰੋ ਟਾਈਮ ਹੈ ਤੇ ਕੀ ਹੋਇਆ ਹੁਣ ਪਾਰਟੀ ਹੁਣ ਫਿਰ ਬਰਾਬਰ ਹੋ ਗਈ ਸ਼ਰਤ ਬਰਾਬਰ ਹੋ ਗਈ
हाँ जी भैया, मैं आपको बताता चलूं कि अभी कबूतरों की गिनती होनी अभी बाकी है, और जो मुनसब हैं वो मुनसबों का कहना है कि कबूतर कम है तो कबूतर अंदर हो जाते हैं, तो फिर देखते हैं कि कबूतरों की गिनती जब होती है तो कबूतर पूरे होते हैं या नहीं होते पूरे होते। फिलहाल जो मुनसब हैं संदीप जी, और उनका कहना है कि कबूतर पूरे नहीं हैं। तो आप वीडियो के साथ बने रहिए यार। हाँ जी संदीप जी, टाइम कितना रह गया? जी भाई आपको पता चलूं कि जैसा कि ये मुंशी संदीप भाई जी कह रहे थे कि कबूतर कम है, तो वो बात सच हुई और एक कबूतर कम है, तो देखते हैं फिलहाल 15 मिनट भी पड़े हैं, बाजी कैंसिल हो जाएगी, हो जाएगा। अगर कबूतर नहीं आता तो जोगिंदर पार्टी को हार का सामना आज करना पड़ेगा, और जो मुंसब और खलीफा बात कर रहे हैं तो उससे ये पता लग रहा है कि जब कबूतर बहुत नीचे हो गए थे तो कबूतर कहीं टकरा गया और इस वजह से कबूतर रह गया। कहते कबूतरी बज गई है, वह शर्त जोगिंदर पार्टी ने सानू देती है, बस मुंडा आ रहा है मुन्नू। अच्छा। कोल शर्त लेके जावांगे असीं। अच्छा, मतलब कौड़ा पार्टी जीत गई हुई है? हां, कौड़ा पार्टी जीती हुई है। ठीक है, कोई नहीं, आसानी नाते गल करते। अच्छा ठीक है। हां जी राणा वीर जी, की कारण रहा है जोगिंदर पार्टी हारन दा? है कबूतरी अपनी इक लग गई थी तारां च गां। अच्छा, कबूतरी आई नहीं करे, वो ता करके देनी पैगी शर्त। अच्छा, ता करे शर्त देनी पैगी, ते टाइम पूरा हो गया ते कबूतर वापस नहीं आए, है ना? हां, इक कबूतरी घर नहीं आई। अच्छा, ये कारण बनया मतलब जोगिंदर पार्टी दा ज हार दा, है ना? चलो। हां जी मिक्की भाई। हां जी मिक्की भाई। हां जी हां। हां जी भाई दसो, अज जोगिंदर पार्टी की मतलब हार दा कारण की बनया? हार दा कारण भाजी यही आ, कबूतर निवान च ज्यादा गए, नीवे ज्यादा सीगे, तार च वज गया। अच्छा, कोई कसूर नहीं गा भाजी दा। अच्छा, कबूतर इक आया नहीं गा, उठे नहीं गया। अच्छा, ते मतलब आपा देख के भी आ चुके हैं कि कबूतर इक उत्थे डिग्या पिया है ना? कबूतर हां बिल्कुल, मतलब उड़न दे हाल च है नहीं गा, जे उड़ के घरे आऊगा ता ही कबूतर पूरे गणावांगे खुड्डे च। हां, ऐदा शर्त देनी पैंदी आ। अच्छा, ठीक है। हाँ जी मेरे वीवर भाइयों, आप स्क्रीन पे ये कबूतर देख रहे हो, ये वही कबूतर है जो कबूतर एक वापस नहीं आया था। ये वापस इसलिए नहीं आया क्योंकि जब कबूतर बहुत स्पीड से गए तो ये कबूतर कहीं टकरा गया, और टकराने की वजह से ये जख्मी हो गया, और इस जख्मी हालत में ये कबूतर वापस अपनी छत पर नहीं आ सका, जिस वजह से टाइम पूरा हो गया और जोगिंदर पार्टी को हार का सामना करना पड़ा। शर्त देती जी जोगिंदर पार्टी ने, बंटी वीरे ने शर्त देती, बाबा जी खड़े ने। अच्छा, ते कोई गल नहीं, ना ना रोन दी ता गल ही नहीं है, ईमानदारी दी शर्त है। अच्छा चल ठीक है जी, चलो भाई बधाई हुण दोनों जी, बाजी तुहानू सारी पार्टियां नू। अच्छा चल डॉक्टर। अच्छा वीरे। हां जी संदीप भाजी। हां जी बधाई हुण तुहानू जी, तुहानू भी।